ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਪਿਓ ਦੀ ਮੌਤ ਹੋ ਗਈ ਹੈ ਜਦਕਿ ਪੁੱਤਰ ਗੰਭੀਰ ਜ਼ਖਮੀ ਹੈ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਬੁਲਟ ਮੋਟਰਸਾਈਕਲ ਬਿਲਕੁਲ ਚਕਨਾ ਚੂਰ ਹੋ ਗਿਆ ਹੈ ਅਤੇ ਇੱਕ ਬਲੈਰੋ ਗੱਡੀ ਦੀ ਟੱਕਰ ਹੋਈ ਹੈ ਬਲੈਰੋ ਗੱਡੀ ਆਂਡਿਆਂ ਦੇ ਨਾਲ ਭਰੀ ਹੋਈ ਸੀ ਤੇ ਜਾ ਰਹੀ ਸੀ ਦੱਸਿਆ ਇਹ ਜਾ ਰਿਹਾ ਹੈ ਕਿ ਬਲੈਰੋ ਗੱਡੀ ਦੇ ਡਰਾਈਵਰ ਨੂੰ ਅਚਾਨਕ ਨੀਂਦ ਆ ਗਈ ਨੀਂਦ ਦੀ ਝਪਕੀ ਆ ਗਈ ਜਿਸ ਤੋਂ ਬਾਅਦ ਉਹ ਰੋਂਗ ਸਾਈਡ ਚਲਾ ਗਿਆ ਤੇ ਬੁਲਟ ਸਵਾਰ ਨੂੰ ਟੱਕਰ ਮਾਰ ਦਿੱਤੀ ਮੋਗਾ ਦੇ ਕੋਟ ਈਸੇ ਖਾਂ ਦੇ ਪਿੰਡ ਜਨੇਰ ਦੇ ਕੋਲ ਇਹ ਹਾਦਸਾ ਵਾਪਰਿਆ ਹੈ ਬਲੈਰੋ ਗੱਡੀ ਅਤੇ ਬੁਲਟ ਵਿਚਕਾਰ ਟੱਕਰ ਹੋਈ ਹੈ ਆਂਡਿਆਂ ਦੇ ਨਾਲ ਭਰੀ ਬਲੈਰੋ ਗੱਡੀ ਤੇ ਬੁਲਟ ਦੀ ਟੱਕਰ ਹੋਈ ਹੈ ਬੁਲਟ ਮੋਟਰਸਾਈਕਲ ਤੇ ਪਿਤਾ ਤੇ ਪੁੱਤਰ ਜਾ ਰਹੇ ਸੀ ਗੱਡੀ ਦੇ ਡਰਾਈਵਰ ਨੂੰ ਨੀਂਦ ਆਉਣ ਕਾਰਨ ਹਾਦਸਾ ਵਾਪਰਿਆ ਹੈ ਤੇ ਇਸ ਸੜਕ ਹਾਦਸੇ ਦੇ ਵਿੱਚ ਪਿਤਾ ਦੀ ਮੌਤ ਹੋ ਗਈ ਹੈ ਜਦਕਿ ਪੁੱਤਰ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਗੱਡੀ ਨੇ ਗਲਤ ਸਾਈਡ ਤੇ ਆ ਕੇ ਬੁਲਟ ਨੂੰ ਟੱਕਰ ਮਾਰੀ ਹੈ ਅਤੇ ਇਸ ਦੌਰਾਨ ਜਿੱਥੇ ਬੁਲਟ ਸਵਾਰ ਵਿਅਕਤੀ ਦੀ ਮੌਤ ਹੋ ਗਈ ਅਤੇ ਉਸਦਾ ਪੁੱਤਰ ਗੰਭੀਰ ਜ਼ਖਮੀ ਹੈ ਦੂਜੇ ਪਾਸੇ ਬਲੈਰੋ ਗੱਡੀ ਸਵਾਰਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਨੇ ਉੱਧਰ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਗੱਡੀ ਗੁਰਦਾਸਪੁਰ ਤੋਂ ਬਰਨਾਲੇ ਨੂੰ ਜਾ ਰਹੀ ਸੀ ਅਤੇ ਇਸ ਹਾਦਸੇ ਦੇ ਵਿੱਚ 16 ਸਾਲ ਦਾ ਜੋ ਨੌਜਵਾਨ ਹੈ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਗੱਡੀ 'ਚ ਸਵਾਰ ਦੋ ਲੋਕ ਜ਼ਖਮੀ ਨੇ ਇਹ ਹਾਦਸਾ ਕੋਟ ਈਸੇ ਖਾਂ ਦੇ ਪਿੰਡ ਜਨੇਰ ਦੇ ਨੇੜੇ ਵਾਪਰਿਆ ਹੈ ਇਹ ਪਿੰਡ ਜਨੇਰ ਹੋਇਆ ਜੀ ਸਾਨੂੰ ਇੱਕ ਐਮਰਜੈਂਸੀ ਕਾਲ ਆਈ ਸੀ ਸਮਾਜ ਸੇਵਾ ਸੁਸਾਇਟੀ ਨੂੰ ਅਤੇ ਜੋ ਜਾ ਕੇ ਮੌਕੇ 'ਤੇ ਦੇਖਿਆ ਇੱਕ ਬਲੈਰੋ ਅਤੇ ਬੁਲਟ ਦਾ ਐਕਸੀਡੈਂਟ ਹੋਇਆ ਸੀਗਾ ਜਦੋਂ ਤੱਕ ਅਸੀਂ ਪਹੁੰਚੇ ਸੀ ਪਰ ਉਦੋਂ ਇੱਕ ਮਿੱਤਰਕਾ ਹੀ ਪਈ ਸੀਗੀ ਡੈੱਡ ਬੋਡੀ ਸੀ ਜਿਹੜੀ ਅਸੀਂ ਮੋਰਚੀ 'ਚ ਰੱਖ ਦਿੱਤੀ ਆ ਅਤੇ ਦੱਸਣ ਦੇ ਮੁਤਾਬਕ ਸੀਗਾ ਇੱਕ ਜਵਾਕ ਸੀ ਜਾਂ ਕੋਈ ਨਾਲ ਸੀਗਾ ਉਹਨਾਂ ਦਾ ਫੈਮਿਲੀ ਮੈਂਬਰ ਉਹਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਲਿਆ ਗਿਆ ਕਾਹਦੇ 'ਤੇ ਸੀਗਾ ਮਰਨ ਇਹ ਬੁਲਟ 'ਤੇ ਸੀਗਾ ਜੀ ਅਤੇ ਜਿਹੜੀ ਕੋਟੀ ਸੇਕਾਂ ਵਾਲੀ ਸਾਈਡ ਤੋਂ ਬਲੈਰੋ ਗੱਡੀ ਆ ਰਹੀ ਸੀ ਆਮਣੇ ਸਾਹਮਣੇ ਟੱਕਰ ਹੋਈ ਹੈ ਆਮੇ ਸਾਹਮਣੇ ਤਾਂ ਨਹੀਂ ਆਪਾਂ ਕਹਿ ਸਕਦੇ ਵੀ ਹੋਈ ਤਾਂ ਇਹ ਬੁਲਟ ਵਾਲੇ ਜਦ ਮੋਗੇ ਵਾਲੀ ਸਾਈਡ ਵਾਲੇ ਪਾਸੋਂ ਜਿਹੜਾ ਬੰਦਾ ਆ ਰਿਹਾ ਸੀ ਉਧਰਲੀ ਪਾਸੇ ਹੋਈ ਵੀ ਸੀਗੀ ਗੱਡੀ ਓਵਰਟੇਕ ਕਰ ਰਹੀ ਸੀ ਕੋਈ ਓਵਰਟੇਕ ਕਹਿ ਤਾਂ ਨਹੀਂ ਸਕਦੇ ਜੀ ਗੱਡੀ ਤਾਂ ਹੁਣ ਪਲਟੀ ਹੋਈ ਆ ਮੌਕੇ 'ਤੇ ਜਿਹੜੇ ਮੌਕੇ ਵਾਲੇ ਬੰਦੇ ਦੱਸ ਸਕਦੇ ਕਿਵੇਂ ਸੀ ਜਿਹੜੇ ਬਲੈਰੋ 'ਚ ਸੀ ਉਹਨਾਂ ਦਾ ਕੀ ਹਾਲ ਹੈ ਉਹ ਤਾਂ ਇੱਕ ਕਹਿੰਦੇ ਪੁਲਿਸ ਦੇ ਅੰਡਰ ਅਤੇ ਇੱਕ ਜਿਹੜਾ ਲੈ ਕੇ ਗਏ ਵੀ ਉਹਨਾਂ ਦੇ ਨਾਲ ਹੀ ਚਲਾ ਗਿਆ ਸੀਗਾ ਗੱਡੀ ਚੱਕ ਕੇ ਬਹੁਤ ਹੀ ਕਿੰਨੀ ਉਮਰ ਹੋ ਗਈ ਉਹਦੀ 45 ਤੋਂ ਪਲੱਸ ਹੀ ਹੋਏਗੀ ਜੀ 50 ਦੇ ਨੇੜੇ ਇਹ ਬਲੈਰੋ ਕੈਂਪਰ ਇਹ ਆਂਡੇ ਦਾ ਕੰਮ ਕਰਦੇ ਬਿਜ਼ਨਸ ਕਰਦੇ ਆ ਇਹ ਗੁਰਦਾਸਪੁਰ ਤੋਂ ਬਰਨਾਲੇ ਵੱਲ ਨੂੰ ਜਾ ਰਹੇ ਸੀਗੇ ਅਤੇ ਗੱਡੀ ਚਲਾਉਂਦੇ ਵਕਤ ਜਿਹੜਾ ਡਰਾਈਵਰ ਸੀਗਾ ਅਰਸ਼ਪ੍ਰੀਤ ਉਸਦੀ ਨਿਗਾਹ ਜਿਵੇਂ ਆਪਾਂ ਕਹਿ ਲਓ ਅੱਖ ਲੱਗ ਗਈ ਉਹਦੀ ਨੀਂਦ ਆ ਗਈ ਅਤੇ ਉਸਨੂੰ ਪਤਾ ਨਹੀਂ ਚੱਲਿਆ ਇੱਧਰੋਂ ਦੂਸਰੀ ਸਾਈਡ ਤੋਂ ਆਪਣੇ ਬੁਲਟ ਮੋਟਰਸਾਈਕਲ ਦੋ ਸਵਾਰ ਆ ਰਹੇ ਸੀਗੇ ਜਿਸ ਵਿੱਚ ਇੱਕ ਦੀ ਤਾਂ ਮੌਕੇ 'ਤੇ ਡੈੱਥ ਹੋ ਗਈ ਅਤੇ ਇੱਕ ਬੱਚਾ ਸੀਗਾ 16 ਸਾਲ ਦਾ ਉਹਨੂੰ ਅਸੀਂ ਮੈਡੀਸਿਟੀ ਹੋਸਪਿਟਲ ਦਾ ਦਾਖਲ ਕਰਵਾਤਾ ਵਾ ਉਹਦੀ ਹਾਲਤ ਵੀ ਗੰਭੀਰ ਆ ਅਤੇ ਬਾਕੀ ਸਾਰੀ ਮੌਕੇ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਗੱਡੀ 'ਚ ਸੀ ਕਿੰਨੇ ਲੋਕ ਸੀ ਇਹ ਦੋ ਜਾਣੇ ਸੀਗੇ ਜੀ ਇੱਕ ਅਰਸ਼ਪ੍ਰੀਤ ਇੱਕ ਜੋਤੀ ਜੋਤੀ ਜਿਹੜਾ ਨਾਲ ਬੈਠਾ ਸੀਗਾ ਅਰਸ਼ਪ੍ਰੀਤ ਗੱਡੀ ਚਲਾ ਰਿਹਾ ਸੀਗਾ ਜੀ ਇਹ ਇੱਧਰੋਂ ਆਪਣੇ ਲੁਹਾਰਾ ਚੌਂਕ ਦੇ ਇੱਧਰੋਂ ਆ ਰਹੇ ਸੀਗੇ ਬਰਨਾਲੇ ਸਾਈਡ ਜਾ ਰਹੇ ਸੀਗੇ ਹਾਂ ਮੋਟਰਸਾਈਕਲ ਦੂਸਰੀ ਸਾਈਡ ਤੋਂ ਆ ਰਹੀ ਹੈ ਇਹ ਰੋਂਗ ਸਾਈਡ ਹੋ ਗਏ ਅੱਖ ਲੱਗਣ ਕਾਰਨ ਅਤੇ ਫਿਰ ਆਪਣੇ ਆ ਵਾਰਦਾਤ ਹੋ ਗਈ ਐਕਸੀਡੈਂਟ ਵਗੈਰਾ ਇਹ ਠੀਕ ਹੈ ਜੀ ਊਂ ਗੱਡੀ ਵਾਲੇ ਇਹਨਾਂ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਇਹ ਜੀ ਮਹਿੰਦਰਾ ਪਿਕਅਪ ਕੋਟ ਸਿੰਘਾਂ ਸਾਈਡ ਵਾਲੇ ਪਾਸੋਂ ਆ ਰਹੀ ਸੀ ਅਤੇ ਮੋਟਰਸਾਈਕਲ ਮੋਗਾ ਸਾਈਡ ਤੋਂ ਆ ਰਿਹਾ ਸੀ ਉਹਦਾ ਮਤਲਬ ਕਿ ਮਹਿੰਦਰਾ ਪਿਕਅਪ ਮੋਟਰਸਾਈਕਲ ਦੇ ਵਿੱਚ ਵਿੱਚ ਬੁਲਟ ਦੇ ਇੱਕ ਬੰਦੇ ਡੈਥ ਹੋ ਗਈ ਆ ਇੱਕ ਜ਼ਿਆਦਾ ਸੀਰੀਅਸ ਆ ਉਹਨੂੰ ਲੈ ਕੇ ਗਿਆ ਹੋਸਪਿਟਲ ਮੈਡੀਸਿਟੀ ਦਾਖਲ ਕਰਵਾਇਆ ਦੋ ਜਣੇ ਸੀ ਮੋਟਰਸਾਈਕਲ ਇੱਕ ਦੀ ਡੈਥ ਹੋ ਗਈ ਜੀ ਗੱਡੀ ਤੁਹਾਨੂੰ ਪਤਾ ਨਹੀਂ ਇੱਥੇ ਹੈ ਨਹੀਂ ਜੀ ਗੱਡੀ ਵਾਲੇ ਹੁਣ ਵੇਖਣ ਦੇ ਭਾਲ ਕਰਕੇ ਕੋਈ ਦੱਸ ਦਿਆਂਗੇ ਉਹਨੂੰ 33,000 ਹੀ ਹੋਣ ਕਿੱਥੋਂ ਦਾ ਵਸਨੀਕ ਸੀ ਜਿਹੜਾ ਮੋਟਰਸਾਈਕਲ ਵਾਲੇ ਪਿੰਡ ਧਰਮ ਸਿੰਘ ਵਾਲੇ ਵਸਨੀਕ ਹੈ ਜੀ ਹਾਲ ਕੋਟੀ ਸਿੰਘਾਂ ਦੇ ਰਹਿਸ਼ ਇਹਨਾਂ ਦੀ